ਮੈਂ ਸਰਕਾਰੀ ਐਲੀਮੈਂਟਰੀ ਸਕੂਲ ਨਸ਼ਹਿਰਾ ਖੁਰਦਤ ਹੈੱਡ ਟੀਚਰ ਸੁਖਵਿੰਦਰ ਸਿੰਘ ਮਾਨ। ਅੱਜ ਜੋ ਦਾਖਲਾ ਚੇਤਨਾ ਰੈਲੀ ਕੱਢੀ ਗਈ ਆ, ਇਹਦਾ ਮੁੱਖ ਮਕਸਦ ਇਹ ਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਬੱਚੇ ਜਾਂ ਜਿਹੜੇ ਬੱਚੇ ਸਕੂਲਾਂ ਵਿੱਚ ਨਹੀਂ ਆਉਂਦੇ ਉਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਲੈ ਕੇ ਆਉਣਾ, ਅਤੇ ਪਿਛਲੇ ਸਾਲ ਨਾਲੋਂ 20% ਤੋਂ ਵੱਧ ਬੱਚਿਆਂ ਦਾ ਦਾਖਲਾ ਜਿਹੜਾ ਉਹ ਕਰਵਾਉਣ ਦੇ ਮਕਸਦ ਨਾਲ ਅੱਜ ਰੈਲੀ ਕੱਢੀ ਗਈ ਆ, ਜਿਹਨੂੰ ਲੋਕਾਂ ਵੱਲੋਂ ਭਰਵਾਂ ਹੰਗਾਰਾ ਮਿਲ ਰਿਹਾ ਵਾ, ਅਤੇ ਅਸੀਂ ਆਸ ਕਰਦੇ ਹਾਂ ਕਿ ਜੋ ਟੀਚਾ ਸਾਨੂੰ ਸਰਕਾਰ ਵੱਲੋਂ ਮਿਲਿਆ ਵਾ ਉਸਨੂੰ ਅਸੀਂ ਪੂਰਾ ਕਰਾਂਗੇ। ਅਸੀਂ ਪੇਰੈਂਟਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਫਾਇਦਾ ਉਠਾਉਣਾ ਚਾਹੀਦਾ ਵਾ, ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾ ਕੇ ਮਿਆਰੀ ਸਿੱਖਿਆ ਦਵਾਉਣੀ ਚਾਹੀਦੀ ਆ, ਨਾ ਕਿ ਕਿਤੇ ਲੋਟਾਂ ਦਾ ਸ਼ਿਕਾਰ ਹੋਣਾ ਚਾਹੀਦਾ। ਅੱਜ ਅਸੀਂ ਨਸ਼ਹਿਰਾ ਖੁਰਦ ਸਕੂਲ ਦੇ ਬੱਚਿਆਂ ਨੂੰ ਲੈ ਕੇ ਇੱਕ ਰੈਲੀ, ਆਪਣੀ ਬੱਚਿਆਂ ਦੀ ਸੰਖਿਆ ਨੂੰ ਵਧਾਉਣ ਦੇ ਮੁੱਖ ਰੱਖਦੇ ਹੋਏ ਇਹ ਰੈਲੀ ਅਸੀਂ ਕੱਢੀ ਹੈ। ਇਸ ਰੈਲੀ ਨੂੰ ਕੱਢਣ ਦਾ ਸ਼੍ਰੇਅ ਜਿਹੜਾ ਹੈ ਉਹ ਸਾਡੇ ਸਕੱਤਰ ਮਾਣਯੋਗ ਸ਼੍ਰੀ ਕਿਸ਼ਨ ਕੁਮਾਰ ਜੀ ਨੂੰ ਜਾਂਦਾ ਹੈ, ਕਿਉਂਕਿ ਅਸੀਂ ਉਹਨਾਂ ਦੀ ਰਾਹਨੁਮਾਈ ਦੇ ਵਿੱਚ ਹੀ ਅਸੀਂ DOs, ਡੈਪਟੀ DOs, BPOs, ਹੈੱਡ ਟੀਚਰਸ, ਟੀਚਰਸ ਸਾਰੇ ਅਸੀਂ ਬਹੁਤ ਯਤਨਸ਼ੀਲ ਹਨ ਕਿ ਅਸੀਂ ਆਪਣੇ ਸਰਕਾਰੀ ਸਕੂਲਾਂ ਦੀ ਜਿਹੜੀ ਬੱਚਿਆਂ ਦੀ ਗਿਣਤੀ ਹੈ ਉਹ ਅਸੀਂ ਇਸ ਸਾਲ 20% ਤੱਕ ਵਧਾਉਣੀ ਹੈ। ਜਿੰਨੇ ਸਾਡੇ ਕੋਲ ਪਹਿਲੇ ਬੱਚੇ ਸੀ ਉਸ ਤੋਂ ਅਸੀਂ 20% ਬੱਚੇ ਅਭਵ ਲੈ ਕੇ ਆਉਣੇ ਹੈ। ਅਸੀਂ ਆਪਣੇ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਲਿਆਉਣਾ ਹੈ, ਇਹੀ ਸਾਡੀ ਮੰਸ਼ਾ ਹੈ, ਅਤੇ ਅਸੀਂ ਪੂਰੇ ਆਪਣੇ ਸਿਰ ਤੋੜ ਮਿਹਨਤ ਕਰ ਰਹੇ ਹਾਂ ਕਿ ਅਸੀਂ ਵੱਖ ਵੱਖ ਜਗ੍ਹਾ 'ਤੇ ਰੋਜ਼ ਵੱਖ ਵੱਖ ਰੈਲੀਆਂ ਕੱਢ ਰਹੇ ਹਾਂ ਤਾਂ ਕਿ ਅਸੀਂ ਆਪਣੀ ਜਿਹੜੀ ਬੱਚਿਆਂ ਦੀ ਗਿਣਤੀ ਹੈ ਉਹਨੂੰ 20% ਤੱਕ ਆਪਣਾ ਸਰਕਾਰੀ ਜੋ ਸਾਨੂੰ ਦਿੱਤੀ ਗਈ ਹੈ ਗਿਣਤੀ ਉਹਦੇ ਅਨੁਸਾਰ ਟੀਚੇ 'ਤੇ ਪਹੁੰਚ ਸਕੀਏ। ਸਮੂਹ ਸਟਾਫ ਵੱਲੋਂ ਉਹਨਾਂ ਨੂੰ ਵੀ ਆਇਆ ਆਖਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਕਾਰੀ ਸਕੂਲ ਦੀ ਤੈਨੂੰ ਕਿਹਾ